ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੰਮ ਸੁਸਾਇਟੀ ਵੱਲੋਂ ਝੁੱਗੀ ਝੌਂਪੜੀਆਂ 'ਚ ਰਹਿਣ ਵਾਲੇ ਬੱਚਿਆਂ ਦਾ ਸਾਲਾਨਾ ਸਮਾਰੋਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਦੇ ਲੇਖ, ਗੀਤ ਅਤੇ ਗੁਰਬਾਣੀ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਲਿਖਾਈ 'ਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਮੁਕਾਬਲਿਆਂ 'ਚ ਤੁਲਸੀ ਨੇ ਪਹਿਲਾ, ਬਨੀਤਾ ਨੇ ਦੂਜਾ ਅਤੇ ਨੀਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਛੇਵੀਂ ਤੋਂ ਦਸਵੀਂ ਕਲਾਸ ਦੀ ਸੋਨੀਆ ਨੇ ਪਹਿਲਾ, ਪੂਨਮ ਨੇ ਦੂਜਾ ਅਤੇ ਸਾਹਿਲ ਨੇ ਤੀਜਾ ਸਥਾਨ ਹਾਸਲ ਕੀਤਾ। ਪਲੱਸ ਵਨ ਅਤੇ ਪਲੱਸ ਟੂ 'ਚ ਸ਼ਿਵਾਨੀ ਨੇ ਪਹਿਲਾ, ਰੇਖਾ ਰਾਣੀ ਨੇ ਦੂਜਾ ਸਥਾਨ ਮੱਲਿਆ, ਜਿਨ੍ਹਾਂ ਨੂੰ ਤੇਜਿੰਦਰ ਸਿੰਘ, ਭਾਨ ਸਿੰਘ, ਕਰਨੈਲ ਸਿੰਘ ਪੰਜੋਲੀ, ਲਖਵਿੰਦਰ ਸਿੰਘ, ਰਾਮ ਸਿੰਘ, ਗੁਰਲਾਲ ਸਿੰਘ, ਤ੍ਰਿਲੋਕ ਸਿੰਘ, ਸਰੂਪ ਸਿੰਘ, ਜਗਮੀਤ ਸਿੰਘ, ਸੁਖਵਿੰਦਰ ਸਿੰਘ, ਮਨਿੰਦਰ ਸਿੰਘ ਅਤੇ ਰਣਜੀਤ ਸਿੰਘ ਆਦਿ ਵੱਲੋਂ ਸਨਮਾਨਿਤ ਕੀਤਾ ਗਿਆ। ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਨ ਨਾਗਪਾਲ ਦੀ ਰਿਪੋਰਟ। ਅੱਜ ਸ਼ਹੀਦਾਂ ਦੀ ਧਰਤੀ 'ਤੇ ਫਤਿਹਗੜ੍ਹ ਸਾਹਿਬ ਸਰਦਾਰ ਭਾਨ ਸਿੰਘ ਜੱਸੀ ਵੱਲੋਂ ਗੁਰੂ ਨਾਨਕ ਦੇਵ ਸਲੰਮ ਸੁਸਾਇਟੀ ਵੱਲੋਂ ਜੋ ਕਿ ਇੱਕ ਝੁੰਗੀਆਂ ਝੌਂਪੜੀਆਂ ਵਿੱਚ ਤਕਰੀਬਨ 1200 ਬੱਚੇ ਦਾ ਪੰਜਾਬ ਦੇ ਵਿੱਚ ਸਕੂਲ ਚਲਾ ਰਹੇ ਨੇ ਅਤੇ ਇਹਨਾਂ ਦਾ ਸਲਾਨਾ ਜਿਹੜਾ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਵੱਖੋ ਵੱਖ ਗੁਰੂ ਨਾਨਕ ਦੇਵ ਜੀ ਦੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਅਤੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਲੇਖ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਵੱਲੋਂ ਬਹੁਤ ਹੀ ਵਧੀਆ ਸ਼ਬਦ ਗ੍ਰਹਿਣ ਕੀਤੇ ਗਏ ਅਤੇ ਇਹਨਾਂ ਵਿੱਚੋਂ ਜਿਹੜੇ ਬੱਚੇ ਫਸਟ, ਸੈਕਿੰਡ, ਥਰਡ ਆਉਣਗੇ ਉਹਨਾਂ ਨੂੰ ਜਿਹੜੀ ਇਹਨਾਂ ਦੀ ਗੁਰੂ ਨਾਨਕ ਦੇਵ ਸਲੰਮ ਸੁਸਾਇਟੀ ਆ ਉਹਨਾਂ ਵੱਲੋਂ ਇਹਨਾਂ ਨੂੰ ਜਿਹੜਾ ਮਾਣ ਸਤਿਕਾਰ ਵੀ ਦਿੱਤਾ ਜਾਵੇਗਾ ਅਤੇ ਇਸ ਵਿੱਚ ਭਾਨ ਸਿੰਘ ਜੱਸੀ ਵੱਲੋਂ ਬਾਹਰੋਂ ਆਏ NRI ਵੀਰ USA ਕੈਨੇਡਾ ਤੋਂ ਜੋ ਆਏ ਨੇ ਜੋ ਸਲੰਮ ਸੁਸਾਇਟੀ ਦੇ ਵਿੱਚ ਆਪਣਾ ਬਹੁਤ ਇਹੋ ਜਿਹੇ ਸਮਾਗਮ ਕਰਾ ਰਹੇ ਸਮਾਜ ਸੇਵੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਜੋ ਭਾਨ ਸਿੰਘ ਜੱਸੀ ਹੋਣੀ ਗੁਰੂ ਨਾਨਕ ਦੇਵ ਸਲੰਮ ਸੁਸਾਇਟੀ ਵੱਲੋਂ ਜੋ ਸਮਾਗਮ ਕਰਾ ਰਹੇ ਨੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਆ। ਇਹ ਜੋ ਬੱਚੇ ਕਿਸੇ ਵਕਤ ਆਪਣੀਆਂ ਬਗਲੀਆਂ ਦੇ ਵਿੱਚ ਜਿਹੜੇ ਨੇ ਉਹ ਬਗਲੀਆਂ ਪਾ ਕੇ ਗਲਾਂ ਦੇ ਵਿੱਚ ਝੁੰਗੀਆਂ ਝੌਂਪੜੀਆਂ ਵਿੱਚ ਕਾਗਜ਼ ਚੁੰਗੜ ਜਾਂਦੇ ਸੀ, ਉਹ ਅੱਜ ਇੱਕ ਵਧੀਆ ਐਜੂਕੇਟ ਸਕੂਲ ਐਜੂਕੇਸ਼ਨ ਵਧੀਆ ਲੈ ਰਹੇ ਨੇ ਅਤੇ ਸ਼ਾਮ ਟਾਈਮ ਜੋ 4:30 ਵਜੇ ਤੋਂ ਲੈ ਕੇ 7:30 ਵਜੇ ਤੱਕ ਇਹਨਾਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਕੂਲ ਚਲਾ ਰਹੇ ਨੇ, ਇਹ ਇੱਕ ਬਹੁਤ ਹੀ ਸ਼ਲਾਘਾਯੋਗ ਹੈ। ਸਿੰਘ ਜੱਸੀ ਮੁੱਖ ਸੇਵਾ ਦਾ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੰਮ ਸੁਸਾਇਟੀ, ਅੱਜ ਅਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਝੁੱਗੀਆਂ ਝੌਂਪੜੀਆਂ ਵਾਲੇ ਬੱਚਿਆਂ ਦਾ ਸਾਲਾਨਾ ਸਮਾਗਮ ਕਰਵਾਇਆ ਅਤੇ ਬੱਚਿਆਂ ਨੇ ਗੁਰੂ ਸਾਹਿਬ ਦੀ ਬਾਣੀ ਪੜ੍ਹੀ, ਸ਼ਬਦ ਪੜ੍ਹੇ ਔਰ ਬਹੁਤ ਹੀ ਵਧੀਆ ਜਿਹੜੇ ਬੱਚੇ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਹੁੰਦੇ ਸੀਗੇ ਅਤੇ ਗਲਾਂ 'ਚ ਬਗਲੀਆਂ ਪਾ ਕੇ ਲੀਰਾਂ ਚੁੱਕਣ ਜਾਂਦੇ ਹੁੰਦੇ ਸੀਗੇ ਉਹ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਹੁਣ ਗਲਾਂ 'ਚ ਬੈਗ ਪਾ ਕੇ ਸਕੂਲਾਂ 'ਚ ਪੜ੍ਹਨ ਜਾ ਰਹੇ ਨੇ। ਅੱਜ 5 ਜ਼ਿਲ੍ਹਿਆਂ ਦੇ ਬੱਚੇ ਗੁਰੂ ਸਾਹਿਬ ਦੀ ਇਸ ਮਹਾਨ ਧਰਤੀ ਦੇ ਉੱਤੇ ਆਏ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਮਾਤਾ ਗੁਜਰ ਕੌਰ ਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਔਰ ਮੈਨੂੰ ਖੁਸ਼ੀ ਹੈ ਕਿ 7 ਸਟੇਟਾਂ ਦੇ ਜਿਹੜੇ ਬੱਚੇ ਨੇ ਪਿਓਰ ਪੰਜਾਬੀ 'ਚ ਬੋਲ ਕੇ ਇੱਥੇ ਮਨੁੱਖਤਾ ਦੀ ਗੱਲ ਕਰ ਰਹੇ ਨੇ ਔਰ ਬੇਹੱਦ ਖੁਸ਼ ਨੇ ਜੀ। ਸਾਡੇ ਬੱਚੇ ਬਹੁਤ ਜੰਮ ਕੇ ਉਹਨਾਂ ਨੇ ਕੰਪੀਟੀਸ਼ਨ ਦਿੱਤਾ, ਸੁੰਦਰ ਲਿਖਾਈ ਦੇ ਮੁਕਾਬਲੇ ਹੋਏ, ਗੁਰੂ ਨਾਨਕ ਸਾਹਿਬ ਦਾ ਲੇਖ ਲਿਖਿਆ ਔਰ ਨਾਲ ਹੀ ਡਾਕਟਰ ਅੰਬੇਦਕਰ ਸਾਹਿਬ ਦਾ ਲੇਖ ਲਿਖਿਆ। ਬਹੁਤ ਪਿਆਰੇ ਬੱਚੇ ਨੇ ਜੀ, ਜਿਹੜੇ ਬੱਚਿਆਂ ਦੇ ਝੁੱਗੀਆਂ ਦੇ ਪੈਰਾਂ ਦੇ ਵਿਚਾਰਿਆਂ ਦੇ ਉੱਤੋਂ ਦੀ ਸੱਪ ਨਿਕਲ ਕੇ ਜਾਂਦੇ ਆ ਰੋਜ਼ ਚੂਹੇ ਵੱਡੇ ਵੱਡੇ, ਅੱਜ ਉਹ ਬੱਚੇ ਇੱਥੇ ਆ ਕੇ ਬਹੁਤ ਖੁਸ਼ ਮਹਿਸੂਸ ਕਰ ਰਹੇ ਨੇ ਅਤੇ ਉਹ ਬਹੁਤ ਅੱਛਾ ਪੜ੍ਹ ਵੀ ਰਹੇ ਨੇ ਅਤੇ ਸਾਨੂੰ ਉਮੀਦ ਹੈ ਕਿ ਉਹ ਚੰਗੀਆਂ ਸ਼ਖਸੀਅਤਾਂ ਦੇ ਸਹਿਯੋਗ ਦੇ ਸਦਕਾ ਉਹ ਬੱਚੇ ਦੇਸ਼ ਦਾ ਬਹੁਤ ਵੱਡਾ ਨਾਂ ਰੋਸ਼ਨ ਕਰਨਗੇ, ਭਵਿੱਖ ਬਣੇਗਾ ਉਹਨਾਂ ਦਾ ਔਰ ਉਹ ਗੁਰੂ ਸਾਹਿਬ ਦੀਆਂ ਜੀ ਵਿਚਾਰਧਾਰਾ ਸਰਬੱਤ ਦੇ ਭਲੇ ਨੂੰ ਮਜ਼ਬੂਤ ਕਰਨਗੇ।